myself Avanik Kaur. I belong to Kotkapura. Today I'm very happy because I got my student visa for Canada. So guys, मैं तो ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਕਿ ਮੇਰੇ ਨਾਲ ਹੋਇਆ ਸੀ। ਮੈਂ ਇੱਥੇ ਬਲੂਬਰ ਟੀਮ ਕੋਲ ਆਈ ਸੀ ਕਿ ਮੈਂ ਆਪਦਾ IELTS ਦੁਬਾਰਾ ਜੁਆਇਨ ਕਰਨਾ ਸੀ। ਮੈਂ ਪਹਿਲਾਂ ਦੋ ਵਾਰੀ ਐਗਜ਼ਾਮ ਦਿੱਤਾ ਸੀ। ਫਸਟ ਟਾਈਮ ਮੇਰੇ ਸਪੀਕਿੰਗ ਦੇ ਵਿੱਚੋਂ 5.5 ਸੀ, ਸਭ ਨੈਕਸਟ ਟਾਈਮ ਮੈਂ ਐਗਜ਼ਾਮ ਦਿੱਤਾ ਤਾਂ ਨੈਕਸਟ ਮੇਰੇ 6 ਹੀ ਆਏ। ਫਿਰ ਮੈਂ ਬਲੂਬਰ ਟੀਮ ਕੋਲ ਪਹੁੰਚੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਦੁਬਾਰਾ IELTS ਕਰਨਾ ਚਾਹੁੰਦੀ ਹਾਂ, ਤਾਂ ਇਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਹਾਡੀ ਫਾਈਲ 6 ਇੰਚ 'ਤੇ ਵੀ ਲੱਗ ਸਕਦੀ ਹੈ। ਅਤੇ ਮੈਂ ਫਿਰ ਇਹਨਾਂ ਨੂੰ ਆਖਿਆ ਕਿ ਮੈਂ ਕੈਲਗਰੀ ਦਾ ਅਪਲਾਈ ਕਰਨਾ, ਬੋਵੈਲੀ ਕਾਲਜ ਦਾ। ਅਤੇ ਇਹਨਾਂ ਨੇ ਫਿਰ ਮੇਰੀ ਉਸੇ ਗੱਲ ਨੂੰ ਹੀ ਮਤਲਬ ਕਿ ਮਾਇਨੇ ਰੱਖਦੇ ਹੋਏ ਇਹਨਾਂ ਨੇ ਉਸ ਕਾਲਜ ਲਈ ਔਫਰ ਲੈਟਰ ਅਪਲਾਈ ਕੀਤੀ। ਆਈ ਵਾਜ਼ ਵੈਰੀ ਹੋਪਲੈਸ, ਮੈਂ ਬਹੁਤ ਹੋਪਲੈਸ ਸੀ ਉਸ ਟਾਈਮ ਕਿ ਮੈਨੂੰ ਨਹੀਂ ਮਿਲਣਾ ਹੈਗਾ, ਮੈਨੂੰ ਵੀਜ਼ਾ ਨਹੀਂ ਮਿਲਣਾ। ਪਰ ਇਹਨਾਂ ਨੇ ਮੈਨੂੰ ਇਨਕਰੇਜ ਕੀਤਾ, ਮੈਨੂੰ ਬਹੁਤ ਮੋਟੀਵੇਟ ਕੀਤਾ ਇਹਨਾਂ ਨੇ। ਸੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਅੱਜ ਮੈਨੂੰ ਮੇਰਾ ਸਟੂਡੈਂਟ ਵੀਜ਼ਾ ਮਿਲਿਆ ਹੈਗਾ। ਥੈਂਕ ਯੂ ਬਲੂਬਰ ਟੀਮ, ਥੈਂਕ ਯੂ ਸੋ ਮਚ।